ਬਹੁਤ ਜ਼ਿਆਦੀਆਂ ਪੱਥਰੀਆਂ ਸੀ ਪਿੱਛੇ ਦੇ ਵਿੱਚ, ਅਤੇ ਫਿਰ ਕਾਫੀ ਟਾਈਮ ਤੋਂ ਇਹਨਾਂ ਓਪਰੇਸ਼ਨ ਨਹੀਂ ਕਰਵਾਇਆ, ਡਰਦੇ ਸੀ ਓਪਰੇਸ਼ਨ ਤੋਂ, ਪਰ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਚਲੋ ਓਪਰੇਸ਼ਨ ਕਰਵਾਉਣਾ ਪਏਗਾ। ਔਖਿਆਈ ਬਹੁਤ ਜ਼ਿਆਦਾ ਸੀ, ਬਹੁਤ ਜ਼ਿਆਦਾ ਦਰਦ ਹੁੰਦੀ ਸੀ, ਅਤੇ ਉਸ ਤੋਂ ਬਾਅਦ ਡਾਕਟਰ ਅਮਿਤ ਨੂੰ ਅਸੀਂ ਕੰਟੈਕਟ ਕੀਤਾ ਅਤੇ ਉਹਨਾਂ ਨੇ ਅਸੀਂ ਆਏ ਇੱਥੇ ਆ ਕੇ ਬਾਅਦ 'ਚ ਇਹਨਾਂ ਦਾ ਓਪਰੇਸ਼ਨ ਕਰਵਾਇਆ ਪਿੱਤੇ ਦਾ, ਜਿਹੜਾ ਕਿ ਬਹੁਤ ਵਧੀਆ ਆ। ਉਵੇਂ ਬਿਲਕੁਲ ਇਹਨਾਂ ਨੂੰ ਦਰਦ ਨਹੀਂ ਹੁੰਦੀ, ਆਪਦਾ ਵਧੀਆ ਖਾ ਪੀ ਰਹੇ ਨੇ, ਬਹੁਤ ਵਧੀਆ ਪੁੱਛਣ ਆਇਆ। ਇਹਨਾਂ ਨੂੰ 6 ਸਾਲ ਤੋਂ ਪ੍ਰੋਬਲਮ ਆ ਰਹੀ ਸੀ, ਇਹਨਾਂ ਦੇ ਬਹੁਤ ਜ਼ਿਆਦਾ ਦਰਦ ਹੁੰਦੀ ਸੀ ਪਿੱਤੇ ਦੇ, ਖਾਣਾ ਪੀਣਾ ਬਹੁਤ ਮੁਸ਼ਕਲ ਸੀ ਇਹਨਾਂ ਦਾ, ਬਹੁਤ ਜ਼ਿਆਦਾ ਔਖੇ ਸੀ। ਅਸੀਂ ਪਹਿਲਾਂ 2018 ਦੇ ਵਿੱਚ ਇਹਨਾਂ ਤੋਂ ਪੇਟ ਦਾ ਓਪਰੇਸ਼ਨ ਕਰਵਾਇਆ ਸੀ, ਉਹ ਬਹੁਤ ਵਧੀਆ ਹੋਇਆ। ਇਹਨਾਂ ਦਾ ਵਜ਼ਨ ਬਹੁਤ ਜ਼ਿਆਦਾ ਸੀ, ਪਹਿਲਾਂ 1 ਕੁਇੰਟਲ 'ਤੇ 16 ਕਿਲੋ ਵਜ਼ਨ ਸੀ ਇਹਨਾਂ ਦਾ, ਅਤੇ ਹੁਣ ਇਹ ਬਹੁਤ ਵੇਟ ਲੂਸ ਹੋ ਚੁੱਕਾ ਹੈ, 65 ਤੋਂ 66 ਕਿਲੋ ਦੇ ਕਰੀਬ ਇਹਨਾਂ ਦਾ ਵੇਟ ਆ, ਅਤੇ ਬਹੁਤ ਸਹੀ ਨੇ ਅੱਗੇ ਨੂੰ, ਆਪਦਾ ਚੱਲ ਫਿਰ ਸਕਦੇ ਨੇ। ਬਹੁਤ ਵਧੀਆ ਹੋਸਪਿਟਲ ਆ, ਬਹੁਤ ਵਧੀਆ ਨੇ, ਸਟਾਫ ਵੀ ਬਹੁਤ ਸੋਹਣਾ ਚੰਗਾ ਵਾ। ਜ਼ਰੂਰ ਜੀ ਓਪਰੇਸ਼ਨ ਕਰਵਾਉਣਾ ਚਾਹੀਦਾ ਜੀ, ਓਪਰੇਸ਼ਨ ਕਰਵਾਉਣ ਜਿੰਨਾ ਵੀ ਜਿਹੜੀ ਤਕਲੀਫ ਹੈਗੀ ਹੈ ਜੀ, ਉਹ ਡਾਕਟਰ ਨੂੰ ਮੈਂ ਕੰਟੈਕਟ ਕਰ ਲਵਾਂ, ਜਾਂ ਜਿਸ ਤਰ੍ਹਾਂ ਵੀ ਉਹਨਾਂ ਦਾ ਓਪਰੇਸ਼ਨ ਜ਼ਰੂਰੀ ਹੈ ਜੀ, ਓਪਰੇਸ਼ਨ ਤੋਂ ਬਿਨਾਂ ਪਿੱਛੇ ਦਾ ਹੱਲ ਕੋਈ ਨਹੀਂ ਹੈ ਜੀ।